ਮੈਂ 12th ਕੀਤੀ, ਕਾਲਜ ਵੀ ਗਿਆ ਸੀ, BA ਕਰਦਾ ਪਿਆ, BA ਛੱਡਤੀ ਭਾਜੀ, ਪੜ੍ਹਾਈ ਛੱਡ ਕੇ ਸਿੱਧਾ ਫਿਰ ਕੰਮ ਕਿ ਡੋਮੀਨੋਜ਼ ਦੀ ਵੀ ਡਿਲੀਵਰੀ ਕਰ ਲਈ ਦੀ। ਸੁਣਦੇ ਕਦੋਂ ਭਾਜੀ? ਉਹਨੇ ਭਾਜੀ ਹੁੰਦੇ 4-5 ਘੰਟੇ ਆਪਣੇ ਕੋਲ ਸੋਨੂੰ ਸੋਲੀ ਦਾ। ਮੈਂ ਕਹਿੰਦਾ ਲੋਕੀ ਅਰਾ ਰੋਡ ਯੂਜ ਕਰਦੇ ਆ, ਪਾਰਾ ਰੋਡ ਨਹੀਂ ਯੂਜ ਕਰਦੇ ਭਾਈ। ਜੇ ਅਰਾ ਰੋਡ ਯੂਜ ਕਰਨਾ ਗਾਹਕ ਕਹੇਗਾ ਫਿਰ ਯੂਜ ਹੋਏਗਾ, ਨਹੀਂ ਤਾਂ ਗ੍ਰੇਵੀ ਦੇ ਵਿੱਚ ਹੀ ਬਣ। ਕਿਉਂਕਿ ਆਪਣੇ ਕੋਲ ਸੀਨਾ ਬੈਸਟ ਹੁੰਦਾ ਵਾ, ਜਿਮ ਵਾਲੇ ਮੁੰਡਿਆਂ ਵਾਸਤੇ ਬਹੁਤ ਬੈਸਟ। ਮੈਂ ਆਪ ਖਾਣਾ ਭਾਜੀ, ਮੈਂ ਆਪ ਜਿਮ ਲਾਉਣਾ। ਅਲੈਗ ਆ ਗਿਆ ਤੁਹਾਡਾ? ਅਲੈਗ ਆ ਗਿਆ ਭਾਜੀ। ਸਿੰਗਲ ਲੈਗ ਹਾਫ ਦੇ ਵਿੱਚ ਭਾਜੀ ਤੁਹਾਨੂੰ 6 ਪੀਸ ਦੂਜੇ ਮਿਲਣਗੇ, ਟੋਟਲ 7 ਪੀਸ ਮਿਲਣਗੇ। ਉਹ ਵੀ ਵੱਡੇ ਵੱਡੇ ਪਲੇਟ ਪੂਰੀ ਭਰੇਗੀ ਉੱਪਰ। 2 ਬੰਦੇ ਭਾਜੀ ਆਰਾਮ ਨਾਲ ਵੀ ਖਾ ਲੈਣਗੇ, ਜੇ ਬਚੇਗਾ ਘਰ ਵੀ ਲੈ ਕੇ ਜਾਣਗੇ। ਭਾਜੀ ਕੀ ਕੀ ਹੁੰਦਾ ਆਪਣੇ ਕੋਲ? ਆਪਣੇ ਕੋਲ ਭਾਈ ਗ੍ਰੇਵੀ ਵਾਲਾ ਚਿਕਨ ਆ, ਚਿੱਲੀ ਚਿਕਨ ਆ, ਫਰਾਈ ਚਿਕਨ ਆ, ਇਕੱਲੇ ਲੈਗ ਪੀਸ ਆ ਫਰਾਈਡ ਦੇ ਵਿੱਚ, ਤੇ ਹੋਰ ਕੀ ਹੁੰਦਾ? ਸਾਈਜ਼ ਵੀ ਜਨ ਬਹੁਤ ਵਧੀਆ, ਵੱਡਾ ਸਾਈਜ਼ ਆ ਭਾਜੀ ਲੈਗ ਦਾ। ਭਾਈ ਆਪਣੇ ਕੋਲ 5-6 ਵੈਰਾਈਟੀਆਂ ਹੁੰਦੀਆਂ ਚਿਕਨ ਦੀਆਂ। ਹਾਂਜੀ, ਗ੍ਰੇਵੀ ਵਾਲਾ ਵੀ ਹੁੰਦਾ, ਫਰਾਈਡ ਵੀ ਹੁੰਦਾ, ਚਿੱਲੀ ਵੀ ਹੁੰਦਾ, ਬਟਰ ਚਿਕਨ ਹੁੰਦਾ, ਤਵਾ ਚਿਕਨ ਹੁੰਦਾ, ਸਾਰੀਆਂ ਨਹੀਂ ਹੁੰਦੀਆਂ। ਤੇ ਸਾਨੂੰ ਅਸਲ ਤੁਹਾਨੂੰ ਚਿੱਲੀ ਚਿਕਨ ਬਣਾ ਕੇ ਦਿਖਾਉਂਦੇ ਭਾਈ। ਫਿਰ ਘਿਓ ਆ ਗਿਆ ਭਾਜੀ? ਘਿਓ ਆ ਗਿਆ ਭਾਜੀ ਵਾ। ਤੇ ਲਸਣ ਅਦਰਕ ਦੀ ਪੇਸਟ ਆਪਣੀ। ਕਿੰਨਾ ਚਿਰ ਹੋ ਗਿਆ ਇੱਥੇ ਕੰਮ ਕਰਦੇ ਨੂੰ? ਸਾਨੂੰ 10 ਤੋਂ 12-13 ਸਾਲ ਹੋਏ ਗਏ। 12-13 ਸਾਲ? ਤੇ ਪਹਿਲੇ ਤੁਸੀਂ ਸਟਾਰਟ ਕੀਤਾ ਸੀ? ਨਹੀਂ, ਮੇਰੇ ਪਾਪਾ ਨੇ ਸਟਾਰਟ ਕੀਤਾ ਸੀਗਾ। ਕਿ ਹੁਣ ਉਹਨਾਂ ਦਾ ਆਰਾਮ ਕਰਨ ਦਾ ਟਾਈਮ ਹੈ ਤੇ ਤੁਹਾਡਾ ਕੰਮ ਕਰਨ ਦਾ ਟਾਈਮ ਹੈ? ਬੈਸਟ ਭਾਈ, ਉਹਨਾਂ ਨੂੰ ਵੀ ਹੁਣ ਚਾਹੀਦਾ ਟਾਈਮ ਕਿ ਰੈਸਟ ਕਰ ਲਈਏ ਵਧੀਆ। ਇਹ ਆਪਣੀ ਸ਼ਿਮਲਾ ਮਿਰਚ ਆ ਗਈ ਭਾਜੀ। ਵਾਹ ਜੀ ਵਾਹ। ਇਹ ਭਾਜੀ ਕੰਮ ਆਪਣੇ ਪਾਪਾ ਕੋਲ ਸਿੱਖਿਆ? ਹਾਂਜੀ, ਕੰਮ ਪਾਪਾ ਕੋਲ ਸਿੱਖਿਆ ਭਾਜੀ। ਇਹ ਪਿਆਜ਼ ਆ ਗਿਆ ਭਾਈ, ਬਾਕੀ ਤਾਂ ਅੰਮ੍ਰਿਤਸਰ ਦੇ ਜਾਇਕੇ ਦਾ ਪਤਾ ਹੀ ਹੈ, ਥਾਂ ਥਾਂ ਦੇ ਜਾਇਕੇ ਹੈਗੇ ਆ, ਬਹੁਤ ਵਧੀਆ ਜਾਇਕੇ ਆ। ਆਪਾਂ ਵੀ ਤੁਹਾਨੂੰ ਕੁਝ ਵਧੀਆ ਟਰਾਈ ਕਰਾਵਾਂਗੇ। ਚਿਕਨ ਪਹਿਲਾਂ ਫਰਾਈਡ ਹੋਏਗਾ ਭਾਜੀ। ਅੱਛਾ, ਫਰਾਈਡ ਹੋਏਗਾ? ਹਾਂ ਭਾਜੀ, ਇਹ ਭਾਜੀ ਨੇ ਫਰਾਈ ਕਰਤਾ। ਭਾਜੀ ਹੁੰਦਾ ਫਰਾਈ ਭਾਜੀ? ਸਰੋਂ ਦੇ ਤੇਲ ਦੇ ਵਿੱਚ ਫਰਾਈਡ ਹੋਏਗਾ। ਸਰੋਂ ਦੇ ਤੇਲ 'ਚ ਭਾਜੀ ਨੇ ਫਰਾਈ ਕਰਨਾ ਸ਼ੁਰੂ ਕਰਤਾ। ਜਿਵੇਂ ਰੋਜ਼ ਦੇ ਰੋਜ਼ ਫਰੈਸ਼ ਹੀ ਲਿਆਉਂਦੇ ਹੋ ਚਿਕਨ? ਚਿਕਨ ਫਰੈਸ਼ ਹੀ ਭਾਈ, ਤੁਹਾਡੇ ਸਾਹਮਣੇ ਪਿਆ, ਵੇਖ ਕੇ ਪਤਾ ਲੱਗ ਜਾਂਦਾ ਬੰਦੇ ਨੂੰ ਫਰੈਸ਼। ਇਹ ਸੋਲਟ ਆ ਗਿਆ ਭਾਜੀ, ਇਹ ਮਸਾਲਾ ਆ ਗਿਆ ਭਾਜੀ, ਆਪਣਾ ਇਹ ਆਪਣੇ ਸੀਗਰਟ ਮਸਾਲੇ ਆ ਭਾਜੀ। ਸੀਗਰਟ ਮਸਾਲੇ? 3 ਤਰ੍ਹਾਂ ਦੇ ਮਸਾਲੇ ਆਉਂਦੇ ਭਾਜੀ। ਤੇ ਭਾਜੀ ਤੁਸੀਂ ਪੜ੍ਹੇ ਕਿੰਨਾ ਹੋਏ? ਮੈਂ 12th ਕੀਤੀ, ਕਾਲਜ ਵੀ ਗਿਆ ਸੀ, BA ਕਰਦਾ ਪਿਆ, BA ਛੱਡਤੀ ਭਾਜੀ ਨੇ। ਕਿਉਂ ਭਾਜੀ? ਕੁਝ ਫੈਮਿਲੀ ਰੀਜ਼ਨ, ਆਪਣਾ ਇਸ਼ੂ ਗਾਈ ਥੋੜਾ। ਤੇ ਪੜ੍ਹਾਈ ਛੱਡ ਕੇ ਸਿੱਧਾ ਫਿਰ ਕੰਮ ਕਰਨਾ ਸ਼ੁਰੂ ਕਰ ਦਿੱਤਾ? ਕੰਮ ਤੇ ਬਾਕੀ ਡੋਮੀਨੋਜ਼ ਦੀ ਵੀ ਡਿਲੀਵਰੀ ਕਰ ਲਈ ਦੀ ਭਾਜੀ। ਅੱਛਾ, ਉੱਥੇ ਵੀ ਕੰਮ ਕਰਦੇ? ਹਾਂਜੀ ਹਾਂਜੀ, ਡੋਮੀਨੋਜ਼ ਵੀ ਡਿਲੀਵਰੀ ਕਰ ਲਈ ਦੀ। ਤੇ ਸੁਣਦੇ ਕਦੋਂ ਭਾਜੀ? ਉਹਨੇ ਭਾਈ ਹੁੰਦੇ 4-5 ਘੰਟੇ ਆਪਣੇ ਕੋਲ ਸੋਨੂੰ ਸੋਲੀ ਦਾ। ਤੁਸੀਂ ਇੱਕ ਡਿਲੀਵਰੀ ਕਹੀ, ਮੈਨੂੰ ਨਹੀਂ ਲੱਗਦਾ ਕਿ 4-5 ਘੰਟੇ ਸੋਣ ਵਾਲਾ ਬੰਦਾ ਇੱਕ ਡਿਲੀਵਰੀ ਕਰਦਾ ਹੋਊਗਾ। ਚੱਲ ਨਹੀਂ ਭਾਜੀ, ਹੋ ਜਾਂਦੀ ਆ, ਬਾਬੇ ਦੀ ਕਿਰਪਾ ਵਿੱਚ ਚਲੀ ਜਾਂਦਾ, ਇੱਥੇ ਵੀ ਚਲੀ ਜਾਂਦਾ, ਡਿਲੀਵਰੀ ਵੀ ਕਰੀ ਜਾਂਦੇ ਆ। ਤੇ ਭਾਜੀ ਨੂੰ ਲੋੜ ਹੈ ਤੇ ਉਹ ਭਾਜੀ ਰਾਤ ਨੂੰ ਕੰਮ ਵੀ ਡਿਲੀਵਰੀ ਦਾ ਵੀ ਕਰਦੇ ਆ ਤੇ ਚਿਕਨ ਦਾ ਆਪਣੀ ਦੁਕਾਨ ਵੀ ਸੰਭਾਲਦੇ ਤੇ ਭਰਾ ਨੂੰ ਸਪੋਰਟ ਕਰਨੀ ਬਣਦੀ ਆ। ਕਿਉਂਕਿ ਜਿਹਨੂੰ ਸਪੋਰਟ ਕਰਨੀ ਚਾਹੀਦੀ ਨਾ, ਉਹਨੂੰ ਇੱਕ ਵਾਰੀ ਕਰ ਦਿਓ, ਬਾਕੀ ਫਿਰ ਪਰਮਾਤਮਾ ਉਹਦੀ ਸੁਣ ਨਹੀਂ ਲੈਂਦਾ। ਆ ਚਿੱਲੀ ਸੋਸ ਹੈ ਭਾਜੀ ਆਪਣੀ। ਵਾਹ ਜੀ ਵਾਹ, ਚਿੱਲੀ ਆ ਗਈ। ਇਹ ਆਪਣੀ ਟਮਾਟੋ ਸੋਸ ਹੈ ਭਾਜੀ। ਟਮਾਟੋ ਆ ਗਈ ਭਾਜੀ। ਇਹ ਆਪਣਾ ਤੜਕਾ ਹੁਣ ਤਿਆਰ ਆ ਭਾਈ, ਚਿੱਲੀ ਦਾ। ਚਿੱਲੀ ਦਾ ਤੜਕਾ ਤਿਆਰ। ਹੁਣ ਇਹਦੇ 'ਚ ਚਿਕਨ ਆਏਗਾ ਫਰਾਈਡ, ਦੇਖ ਸਕਦੇ ਤੁਸੀਂ, ਚਿਕਨ ਬਹੁਤ ਵਧੀਆ ਰੈਡੀ ਹੋ ਚੁੱਕਾ ਵਾ। ਹੁਣ ਅਸੀਂ ਇਹਨੂੰ ਇੱਧਰ ਕਨਵਰਟ ਕਰਾਂਗੇ। ਇਹ ਲਓ ਜੀ, ਕਨਵਰਟ ਹੋ ਗਿਆ ਭਾਜੀ। ਕਨਵਰਟ ਹੋ ਗਿਆ ਭਾਜੀ। ਜੇ ਭਾਜੀ ਕਿਸੇ ਨੇ ਸਾਰੇ ਲੈਗ ਲੈਣੇ ਹੁਣ ਤੇ ਫਿਰ 40 ਰੁਪਏ ਪਰ ਪੀਸ ਆ। ਅੱਛਾ, ਜਦੋਂ ਮਰਜ਼ੀ ਆਓ ਤੁਹਾਨੂੰ ਅਵੇਲੇਬਲ ਮਿਲੇਗਾ ਸੌਦਾ, ਜਦੋਂ ਮਰਜ਼ੀ ਆਓ। ਸ਼ਾਮੀ 5 ਵਜੇ ਤੋਂ ਲੈ ਕੇ ਰਾਤੀ 12 ਵਜੇ ਤੱਕ ਆਪਾਂ ਇੱਥੇ ਅਵੇਲੇਬਲ। ਗੱਲ ਕਹਿਣਾ ਚਾਹੁੰਦਾ ਰਾਜ ਦੀ, ਕੁਝ ਸੱਚੀ ਸੱਚੀ ਦੱਸਿਓ, ਲੋਕਾਂ ਆਣਗੇ ਸਵਾਦ ਹੀ ਮਿਲੂਗਾ? ਅਸੀਂ ਲੋਕੀ ਆਣਗੇ ਤੁਹਾਨੂੰ ਆਪੇ ਕਮੈਂਟ 'ਚ ਦੱਸ ਦੇਣਗੇ ਸਵਾਦ ਹੈ ਕਿ ਨਹੀਂ, ਸਵਾਦ ਹੀ ਦੇਵਾਂਗੇ ਭਾਜੀ। ਮੇਰੇ ਮੂੰਹ ਦੀ ਗੱਲ ਜੀ ਖੋਲੀ ਹੋ, ਮੈਂ ਕਿਹਾ ਬਾਅਦ ਕਮੈਂਟ ਕਰ ਕੇ ਨਾ ਲੋਕ ਬੜਾ ਪਰੇਸ਼ਾਨ ਕਰਦੇ ਆ। ਕੁਝ ਤੁਹਾਨੂੰ ਆਪੇ ਪਤਾ ਲੱਗ ਜਾਣਾ ਵਾ ਜੀ, ਜਿੰਨੀ ਦੇਰ ਪਹਿਲੀ ਦੇਰ ਖਾਓ ਬਹੁਤ ਪਿਆਰ ਆ ਦੁਨੀਆ ਨਾਲ ਆਪਣਾ। ਹਾਂ, ਕਮੈਂਟ ਨਹੀਂ ਮਾੜਾ ਆਉਂਦਾ, ਕਮੈਂਟ ਮਾੜਾ ਨਹੀਂ ਆਊਗਾ ਤੇ ਪਹਿਲੇ ਖਾਓ ਤੇ ਫਿਰ ਬਾਅਦ ਜਾ ਕੇ ਕਮੈਂਟ ਕਰਿਓ ਰੱਜ ਕੇ। ਸਾਡੀ ਗ੍ਰੇਵੀ ਆ ਗਈ ਭਾਜੀ। ਆਣੀ ਬਾਕੀ ਸੀ ਭਾਜੀ ਹਲੇ? ਹਾਂਜੀ, ਸਾਡੀ ਸੀਗਰਟ ਗ੍ਰੇਵੀ ਆ ਭਾਜੀ। ਭਾਜੀ ਮੈਂ ਸਮਝਿਆ ਭਾਜੀ ਤਿਆਰ ਹੋ ਗਿਆ। ਨਹੀਂ, ਤਿਆਰ ਨਹੀਂ ਹੋ ਗਿਆ ਭਾਜੀ, ਹੁਣ ਤਿਆਰ ਹੋਏਗਾ, ਹਲੇ 2 ਮਿੰਟ ਲੱਗਣੇ ਹੋ ਜੇ। ਮੈਂ ਕਹਿੰਦਾ ਲੋਕੀ ਅਰਾ ਰੋਡ ਯੂਜ਼ ਕਰਦੇ ਆ, ਪਾਰਾ ਰੋਡ ਨਹੀਂ ਯੂਜ਼ ਕਰਦੇ। ਅਰਾ ਰੋਡ ਯੂਜ਼ ਕਰਨਾ ਗਾ ਕਹੇਗਾ ਫਿਰ ਯੂਜ਼ ਹੋਏਗਾ, ਨਹੀਂ ਤਾਂ ਗ੍ਰੇਵੀ ਦੇ ਵਿੱਚ ਹੀ ਬਣ। ਬਹੁਤ ਹੀ ਜ਼ਿਆਦਾ ਰੰਗਤ ਪਿਆਰੀ ਲੱਗਦੀ ਪਈ ਆ, ਨਾ ਕਲਰ ਹੈਗਾ ਇਹ ਭਾਈ, ਨੈਚੁਰਲ ਆ, ਨੈਚੁਰਲ ਹੈਗਾ ਜੀ, ਬਿਲਕੁਲ ਨੈਚੁਰਲ ਆ ਕਲਰ। ਕਦੇ ਡਿਮਾਂਡ ਹੋਵੇ ਫਿਰ ਯੂਜ਼ ਕਰੀਦਾ, ਨਹੀਂ ਤੇ ਨਹੀਂ ਕਰੀ। ਤੇ ਭਾਜੀ ਕਈ ਜਿਮ ਵਾਲੇ ਕਹਿੰਦੇ ਹੋਣ ਕਿ ਇਹ ਫਰਾਈ ਵੇਚਦਾ ਵਾ ਭਾਈ। ਆਪਣਾ ਸਰੋਂ ਦੇ ਤੇਲ 'ਚ ਫਰਾਈਡ ਆ, ਹਾਂਜੀ, ਜਿਮ ਵਾਲਿਆਂ ਵਾਸਤੇ ਬੈਸਟ ਆ। ਬੈਸਟ ਹੈ ਨਾ? ਠੀਕ ਆ, ਕਿਉਂਕਿ ਆਪਣੇ ਕੋਲ ਸੀਨਾ ਬੈਸਟ ਹੁੰਦਾ ਵਾ, ਵਧੀਆ ਸੀਨਾ ਹੁੰਦਾ ਵਾ, ਜਿਹੜਾ ਜਿਮ ਵਾਲਿਆਂ ਮੁੰਡਿਆਂ ਵਾਸਤੇ ਬਹੁਤ ਬੈਸਟ ਹੈ। ਮੈਂ ਆਪ ਖਾਣਾ ਭਾਜੀ, ਮੈਂ ਆਪ ਜਿਮ ਲਾਉਣਾ ਆਪ। ਜਿਮ ਵਾਲਿਆਂ ਨੂੰ ਬੇਨਤੀ ਹੈ ਤੇ ਭਰਾ ਰਾਤ ਨੂੰ ਜੋਮੈਟੋ ਦਾ ਕੰਮ ਭਾਜੀ ਡੋਮੀਨੋਜ਼ ਤੇ ਭਾਜੀ ਕੰਮ ਕਰਦੇ ਨੇ ਤੇ ਭਾਜੀ ਦਾ ਕੰਮ ਛਡਾ ਦਿਓ, ਇੰਨੀ ਕੇ ਭਰਾ ਦੇ ਕਿਰਪਾ ਕਰ ਦਿਓ। ਸੀਗਰਟ ਮਸਾਲਾ ਭਾਜੀ,
ਅੱਛਾ ਇੱਕ ਹੋਰ ਸੀਕ੍ਰੇਟ ਮਸਾਲਾ ਆ ਗਿਆ ਭਾਈ, ਮਸਾਲਿਆਂ ਦੀ ਤੁਸੀਂ ਬਰਸਾਤ ਕਰਦੇ, ਲੋਕੀ ਪਨੀਰ ਦੀ ਘਿਓ ਦੀ ਕਰ ਦਿੰਦੇ, ਤੁਸੀਂ ਮਸਾਲਿਆਂ ਦੀ ਬਰਸਾਤ ਕਰਦੇ? ਬਸ ਇਦਾਂ ਹੀ ਆ ਭਾਈ, ਸਾਡਾ ਅੰਮ੍ਰਿਤਸਰ ਵਾਲਾ ਤਾਂ ਇਦਾਂ ਹੀ ਆ ਕਿ ਆਪਾਂ ਸਵਾਦ ਦੇਣਾ ਗਾਹਕ ਨੂੰ, ਆਪਾਂ ਪੀਸ ਵੀ ਮੋਟੇ ਮੋਟੇ ਦਈਏ ਭਾਜੀ। ਹਾਫ ਹੈ? ਨਹੀਂ ਇਹ ਥੋੜਾ ਹਾਫ ਤੋਂ ਜ਼ਿਆਦਾ ਫੁੱਲ ਚਿਕਨ ਹੈ। ਅੱਛਾ ਲੈਗ ਆ ਗਿਆ ਤੁਹਾਡਾ? ਲੈਗ ਆ ਗਿਆ ਭਾਜੀ। ਆ ਇੱਕ ਹੋਰ ਵੱਡਾ ਪੀਸ। ਅੱਛਾ ਵਾਹ ਜੀ ਵਾਹ, ਕਿੰਨੇ ਲੈਗ ਪਾਏ ਭਾਜੀ? ਸਿੰਗਲ ਲੈਗ ਹਾਫ ਦੇ ਵਿੱਚ ਭਾਜੀ ਤੁਹਾਨੂੰ 6 ਪੀਸ ਦੂਜੇ ਮਿਲਣਗੇ, ਟੋਟਲ 7 ਪੀਸ ਮਿਲਣਗੇ, ਉਹ ਵੀ ਵੱਡੇ ਵੱਡੇ ਪਲੇਟ ਪੂਰੀ ਭਰੇਗੀ ਉੱਪਰ। ਬਾਕੀ ਆਪਣਾ ਚਿੱਲੀ ਦਾ ਮਸਾਲਾ ਜ਼ਰੂਰ ਹੋਏਗਾ ਨਾਲ ਭਾਜੀ। ਇਹ ਦੋ ਬੰਦੇ ਆਰਾਮ ਨਾਲ ਖਾ ਸਕਦੇ ਹਾਫ ਪਲੇਟ? ਦੋ ਬੰਦੇ ਭਾਜੀ ਆਰਾਮ ਨਾਲ ਵੀ ਖਾ ਲੈਣਗੇ, ਜੇ ਬਚੇਗਾ ਘਰ ਵੀ ਲੈ ਕੇ ਜਾਣਗੇ। ਇਹਦਾ ਪ੍ਰਾਈਸ ਕਿੰਨਾ ਹੈ ਹਾਫ ਦਾ? ਭਾਈ ਸਿਰਫ 200 ਰੁਪਏ ਪ੍ਰਾਈਸ। 200 ਰੁਪਏ ਚ ਭਾਜੀ? ਜੇ ਫੁੱਲ ਲੈਣਾ ਤੁਹਾਨੂੰ 350 ਰੁਪਏ ਭਾਜੀ। ਅੱਛਾ ਉਹਦੇ ਚ ਵੀ ਡਿਸਕਾਊਂਟ 50 ਰੁਪਏ? ਹਾਂਜੀ ਹਾਂਜੀ ਹੋਏਗਾ। ਤੇ ਆਪਣਾ ਐਡਰੈਸ ਕੀ ਹੈਗਾ? ਐਡਰੈਸ ਭਾਜੀ ਆਪਣਾ ਬਾਬੇ ਘੋੜੀ ਵਾਲਾ ਬਾਜ਼ਾਰ, ਜੇ ਆਪਾਂ ਸ਼ਹੀਦਾ ਵੱਲ ਆਈਏ ਗੁਰੂ ਰਾਮਦਾਸ ਹਸਪੀਟਲ, ਉਹਦੇ ਨਾਲ ਬਾਜ਼ਾਰ ਵੜਦਾ ਅੰਦਰ, ਅੰਦਰ ਵੜਦੇ ਸਰ ਪਹਿਲੇ ਨੰਬਰ ਤੇ ਆਪਣੀ ਦੁਕਾਨ ਹੈ ਭਾਜੀ। ਆਪਣਾ ਰਾਜਾ ਚਿਕਨ ਸ਼ੋਪ। ਹਾਂਜੀ। ਤੇ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ ਵੀਰੇ। ਮੇਰਾ ਮੋਬਾਈਲ ਨੰਬਰ ਹੈ 9877394215। ਆਡੀਅੰਸ ਨੂੰ ਇਹੀ ਹੈ ਭਾਜੀ ਕਿ ਜਲਦੀ ਜਲਦੀ ਆਓ, ਟੇਸਟ ਕਰਕੇ ਜਾਓ, ਜੇ ਤੁਹਾਨੂੰ ਵਧੀਆ ਲੱਗੇ ਤਾਂ ਮੁੜ ਕੇ ਦੁਬਾਰਾ ਆਓ।